ਉਨੇ ਥੋੜੇ ਦਿਨ ਬਾਅਦ ਹੀ ਰੜਕੇ ਨਾ ਮੇਰੇ ਬੰਦੇ ਨਵਾਜ਼ ਦੇ ਨਾਲ ਮਲਾਕਾ ਨੇ ਮੇਰੀ ਧੀ ਨੂੰ ਥਰੈਡ ਕਰਨਾ ਸ਼ੁਰੂ ਕਰ ਦਿੱਤਾ ਉਹਨੂੰ ਕਿਹਾ ਕਿ ਕਿਸੇ ਨੂੰ ਜੇ ਦੱਸਿਆ ਤੇ ਤੇਰੀ ਮਾਂ ਨੂੰ ਤੇ ਤੇਰੇ ਭਰਾ ਨੂੰ ਕਤਲ ਕਰ ਦਾਂਗੇ ਇਹਨੇ ਸਾਨੂੰ ਛੱਤ ਤੇ ਜਾ ਕੇ ਦੱਸਿਆ ਕਿ ਚਾਚੂ 8 ਮਹੀਨਿਆਂ ਤੋਂ ਮਲਾਕਾ ਦੇ ਨਾਲ ਰੜ ਕੇ ਆਹ ਕੁਛ ਕਰਨ ੜਿਆ ਮੇਰੇ ਨਾਲ ਇਹਨੇ 8 ਮਹੀਨੇ ਪਹਿਲਾਂ ਇਹਦੇ ਨਾਲ ਉਹਨਾਂ ਨੇ ਐਸ ਨਾ ਕਰੀ ਕਰਨੀ ਸ਼ੁਰੂ ਕੀਤੀ ਮੇਰੀ ਬੱਚੀ ਸੁੱਕ ਸੁੱਕ ਕੇ ਬਿਮਾਰ ਇੰਨੀ ਹੋ ਗਈ ਇਹਦੇ ਅੰਦਰ ਕੋਈ ਸ਼ੈ ਨਾ ਬਚੀ ਅੰਮੀ ਜੀ ਜਿਹੜੀਆਂ ਤੁਹਾਨੂੰ ਇਹ ਗੋਲੀਆਂ ਟੈਨਸ਼ਨ ਫਰੀ ਦੀਆਂ ਦਿੰਦੇ ਹੋ ਟੈਨਸ਼ਨ ਫਰੀ ਦੀਆਂ ਗੋਲੀਆਂ ਨਹੀਂ ਉਹ ਨਸ਼ੇ ਦੀਆਂ ਗੋਲੀਆਂ ਲੜਕੀ ਸੀ ਆਪ ਦਾ वो लड़की भी हाँ जी दरवाजे का मेरी रूह भी काम रही है जिसम भी काम रहा है आज की स्टोरी आपको बताते हुए थोड़ा हो सकता है कि इमोशनल हो जाओ हो सकता है कि अग्रेसिव हो जाओ क्योंकि इस मुआशरे में मुझे मुसलमान दिखाई नहीं देते लेकिन हाँ अल्लाह के बंदे जरूर दिखाई देते हैं और वो बंदे जो इंतहाई घटिया गलीज़ और गंदे बन चुके हैं मेरे साथ बलकीस बीबी मौजूद हैं मैं शेखूपुरा में मौजूद हूँ इस वक्त बलकीस बीबी की तकरीबन पंद्रह साल पहले एक शख्स से शादी होती है वो शख्स जबरदस्ती इनसे शादी करता है इनके बच्चे भी थे पहले चूंकि इनकी पहले भी शादी हो चुकी थी इनका शोहर फोत हो चुका था बल्कि जो बेटी है बख्तावर उसके साथ वो शख्स वो दरिंदा वो सफाक किस्म का शख्स दरिंदगी करता है तकरीबन आठ माह तक और फिर धमकियां देता है कि अगर तुमने किसी को बताया तो मैं तुम्हारी मां को कत्ल कर दूंगा वो शख्स एक 21 साल लड़की से भी शादी करता है इनके होने के बावजूद भी मामला क्या है इन्हीं से जानते हैं आंटी बताइएगा ये मामला कब से स्टार्ट हुआ कैसे स्टार्ट हुआ पहले ये मामला जरा उस कुड़ी दे नाल एदा शुरू होया सी ना वो तो दो साल पहले हो गया सी मैं घर बड़ा मना कर दी सी बड़ा रोक लड़की का नाम क्या था मलाइका अच्छा ਤੇ ਕਿੰਨੀ ਉਮਰ ਕਿਹਾ 21 ਸਾਲ ਮੈਂ ਬਹੁਤ ਉਹਨੂੰ ਮਨਾ ਕਰਦੀ ਸੀ ਰੋਕਦੀ ਸੀ ਇਹ ਮੇ ਨਾਲ ਲੜਦਾ ਸੀ ਮਾਰਦਾ ਸੀ ਕੁੱਟਦਾ ਸੀ ਗੰਨਾ ਦੇ ਬੱਟਾ ਨਾਲ ਮੈਨੂੰ ਕੁੱਟਦਾ ਹੁੰਦਾ ਸੀ ਸ਼ੌਕ ਦਾ ਨਾਮ ਕੀ ਹੈ ਮੁਹੰਮਦ ਨਵਾਜ਼ ਅੱਛਾ ਇਹਨੇ ਮੈਨੂੰ ਗੰਨਾ ਦੇ ਬੱਟ ਮਾਰ ਮਾਰ ਕੇ ਮੇਰੇ ਮੋਰੇ ਹਲਾ ਦਿੱਤੇ ਆ ਪਤਾ ਤੇ ਮੈਂ ਕੁਝ ਨਹੀਂ ਕਰ ਸਕੀ ਇਹਨੇ ਆਪਣੀ ਮਰਜ਼ੀ ਕੀਤੀ ਅਖੀਰ ਇਹਨੇ ਵੱਡੀ ਦੀਵਾਲੀ ਦੇ ਦਿਨ ਉਹਨੂੰ ਕੱਢ ਕੇ ਲਿਜਾ ਕੇ ਨਿਕਾਹ ਕਰ ਲਿਆ ਮੇਰੇ ਕੋਲੋਂ ਜ਼ਬਰਦਸਤੀ ਗਨ ਪੁਆਇੰਟ ਤੇ ਗੂਠੇ ਹਲਵਾਏ ਰਜ਼ਾਨਾ ਮੈਂ ਦੇ ਇਨੇ ਗੁੱਟੇ ਲਵਾ ਕੇ ਨਿਕਾਹ ਕਰਕੇ ਘਰ ਮੇਰੇ ਨਾਲ ਹੀ ਇੱਥੇ ਰੱਖੀ ਪਰ ਮੇਰਾ ਉਹਦੇ ਨਾਲ ਸਲੂਕ ਬੁਰਾ ਨਹੀਂ ਸੀ ਮੈਂ ਉਹਨੂੰ ਧੀ ਸਮਝਦੀ ਸੀ ਕਿ ਜਿਸ ਤਰ੍ਹਾਂ ਦੀ ਮੇਰੀ ਘਰ ਧੀ ਆ ਨਾ ਉਹ ਵੀ ਧੀ ਆ ਮੈਨੂੰ ਨੇ ਜੀ ਪਤਾ ਹੈ ਵਿੱਚੋਂ ਵਿੱਚ ਕੀ ਕਰਨ ਲਈ ਆ ਉਹਨੇ ਥੋੜੇ ਦਿਨ ਬਾਅਦ ਹੀ ਰੜ ਕੇ ਨਾ ਮੇਰੇ ਬੰਦੇ ਨਵਾਜ਼ ਦੇ ਨਾਲ ਮਲੈਕਾ ਨੇ ਮੇਰੀ ਧੀ ਨੂੰ ਥੜੜ ਕਰਨਾ ਸ਼ੁਰੂ ਕਰ ਦਿੱਤਾ ਬਖਤਾਵਰ ਨੂੰ ਅੱਛਾ ਉਹਨੂੰ ਕਿਹਾ ਕਿ ਕਿਸੇ ਨੂੰ ਜੇ ਦੱਸਿਆ ਤੇ ਤੇਰੀ ਮਾਂ ਨੂੰ ਤੇ ਤੇਰੇ ਭਰਾ ਨੂੰ ਕਤਲ ਕਰ ਦਾਂਗੇ ਕਾਸ਼ੀ ਨੂੰ ਇਹ ਕੁੜੀ ਪਰੇਸ਼ਾਨ ਹੋ ਗਈ ਉਹ ਪਹਿਲੇ ਵੀ ਕਤਲਾਂ ਦਾ ਇਸ਼ਤਿਹਾਰ ਹੀ ਰਹਿ ਚੁੱਕਿਆ ਵਾ ਗੁੰਡਾ ਟੈਪ ਇਨਸਾਨ ਆ ਕਿਸੇ ਨਾ ਮੂੰਹ ਨਾ ਗੱਲ ਤੇ ਕਰਦਾ ਹੀ ਨਹੀਂ ਨਾ ਹੈ ਕੋਈ ਗੱਲ ਦਾ ਕੋ ਜਵਾਬ ਦੇ ਦੇਵੇ ਬਾਹਰੋਂ ਵੀ ਬੇਸ਼ੱਕ ਤੇ ਉਹਨੇ ਥੱਪੜਾ ਨਾ ਜੁੜ ਜਾਣਾ ਉਹਨੂੰ ਥੱੱਪੜ ਹੀ ਮਾਰੀ ਜਾਣੇ ਉਹਦੇ ਮੂੰਹ ਤੇ ਥੱਪੜ ਮਾਰਨੇ ਗੱਲ ਹਾਂਜੀ ਤੇ ਮੈਂ ਇਹਨੇ 8 ਮਹੀਨੇ ਪਹਿਲਾਂ ਇਹਦੇ ਨਾਲ ਉਹਨਾਂ ਨੇ ਐਸ ਨਾ ਕਰੀ ਕਰਨੀ ਸ਼ੁਰੂ ਕੀਤੀ ਮੇਰੀ ਬੱਚੀ ਸੋਕ ਸੁੱਕ ਕੇ ਬਿਮਾਰ ਇੰਨੀ ਹੋ ਗਈ ਇਹਦੇ ਅੰਦਰ ਕੋਈ ਸ਼ੈ ਨਾ ਪੱਜ ਨਹੀਂ ਮੈਂ ਡਾਕਟਰਾਂ ਕੋ ਲੈ ਲੈ ਕੇ ਜਾਣਾ ਡਰ ਰ ਰਹੇ ਕਹਣਾ ਕਿ ਬੱਚੀ ਨੂੰ ਕੋਈ ਜ਼ੇਰ ਨਹੀਂ ਟੈਂਸ਼ਨ ਆ ਇਹਨੂੰ ਮੈਂ ਬਥੇਰਾ ਪੁੱਛਣਾ ਤੀਏ ਮੈਨੂੰ ਦੱਸ ਤੇਰੇ ਜ਼ਿਹਨ ਚ ਕੀ ਪਰੇਸ਼ਾਨੀ ਤੂੰ ਇਹਨੇ ਦੱਸਣਾ ਨਾ ਡਰਦੀ ਨੇ ਆ 23 ਤਰੀਕ ਜਿਸ ਦਿਨ ਨੰਗੀ ਪਹਿਲੇ ਰੋਜ਼ੇ ਵਾਲੇ ਦਿਨ ਉਸ ਦਿਨ ਇਹਨਾਂ ਨੇ ਇਹਨੂੰ ਫੇਰ ਕਿਤੇ ਕਿਹਾ ਇਸ ਤਰ੍ਹਾਂ ਹੀ ਇਹਨੇ ਮੰਨੀ ਨਹੀਂ ਉਹਨਾਂ ਦੀ ਗੱਲ ਉਹਨੇ ਨਵਾਜ਼ ਨੇ ਇਹਨੂੰ ਕੁੱਟਿਆ ਅੱਛਾ ਕੁੱਟਿਆ ਕੋਟ ਕੇ ਤੇ ਸਾਡਾ ਪਿੱਛੇ ਘਰ ਬਣਨ ਡਿਆ ਉਧਰ ਜਾ ਕੇ ਇਹਨੇ ਮੇਰੇ ਬੇਟੇ ਨੂੰ ਉਠਾ ਕੇ ਘਰ ਘੱਲਿਆ 2 ਸਾਲ ਪਹਿਲੋਂ ਇਹਨੇ ਮੇਰੇ ਬੇਟੇ ਨੂੰ ਘਰੋਂ ਕੱਢਿਆ ਸੀ ਇਹ ਤੋਂ ਫਿਰ ਇਹਨੇ 2 ਮਹੀਨੇ ਹੋ ਗਏ ਸੀ ਮੇਰੇ ਬੇਟੇ ਨੂੰ ਸੱਦ ਲਿਆ ਸੀ ਵਾਪਸ ਉਹਦੀ بیوی ਨਹੀਂ ਸੀ ਆਈ ਤੇ ਲੇਕਿਨ ਮੇਰਾ ਬੇਟਾ ਆ ਗਿਆ ਸੀ ਉਹਨੂੰ ਘਰ ਸੌਣ ਨਹੀਂ ਸੀ ਦਿੰਦਾ ਉਧਰ ਹੀ ਕਹਿੰਦਾ ਸੀ ਸੌ ਜਾ ਕੇ ਕੋਈ ਨਸ਼ਈ ਸ਼ੈਵਾਨਾ ਚੁੱਕ ਕੇ ਲੈ ਜਾਵੇ ਇਹਨੇ ਉਧਰੋਂ ਮੇਰੇ ਬੇਟੇ ਨੂੰ ਸੁੱਤੇ ਨੂੰ ਉਠਾ ਕੇ ਤੇ ਘਰ ਘੱਲਿਆ ਮੈਂ ਕਹਿੰਦਾ ਤੂੰ ਘਰ ਜਾ ਕੇ ਸੌ ਮੈਂ ਇੱਥੇ ਸੋਣਾ ਅੱਛਾ ਚਲਾ ਗਿਆ ਜਾ ਕੇ ਤੇ ਇਹ ਉਹਨੇ ਫੋਨ ਕੀਤਾ ਸਾਡੇ ਉੱਪਰ ਜਿਹੜੇ ਰਹਿੰਦੇ ਮਾਲਕ ਮਕਾਨ ਉਹਨਾਂ ਨੂੰ ਉਹ ਜਾ ਕੇ ਉਹਦੇ ਕੋਲ ਚਲਾ ਗਿਆ ਮਾਲਕ ਮਕਾਨ ਹੈਦਰ ਅਲੀ ਉਨੇ ਜਾ ਕੇ ਚਾਚੂ ਆਪਣੇ ਨਵਾਜ਼ ਕੋ ਗਿਆ ਤੇ ਉੱਥੇ ਜਾ ਕੇ ਗੱਲਾਂ ਗੁੱਲਾਂ ਕਰਦੇ ਰਹੇ ਘੰਟੇ ਇੱਕ ਬਾਅਦ ਕਹਿੰਦਾ ਕਿ ਚਾਚੂ ਮੈਨੂੰ ਚੇਤਾ ਆ ਗਿਆ ਸੱਚ ਤੈਨੂੰ ਤੇ ਨਿੱਕੀ ਚਾਚੀ ਸਦਨ ਦੇ ਹੀ ਮਲਾਕਾ ਕਰ ਉਹਦੇ ਨਾਲ ਨਵਾਜ਼ ਵਾਪਸ ਆ ਗਿਆ ਉਨੀ ਦੇਰ ਤੱਕ ਜਦੋਂ ਇਹਨੂੰ ਕੁੱਟ ਕੇ ਗਿਆ ਨਵਾਜ਼ ਤੇ ਮੈਂ ਬਖਤਾਵਰ ਨੂੰ ਪੁੱਛਣ ਨਹੀਂ ਕਿ ਬਖਤਾਵਰ ਤੈਨੂੰ ਤੇਰੇ ਚਾਚੂ ਨੇ ਕਿਉਂ ਮਾਰਿਆ ਮੈਨੂੰ ਦੱਸ ਕਿਉਂ ਮਾਰਿਆ ਇਹ ਦੱਸਦੀ ਨਹੀਂ ਮੈਨੂੰ ਕਾਸ਼ੀ ਵਿਕਰ ਆ ਗਿਆ ਜਦੋਂ ਨਵਾਜ਼ ਨੇ ਉਧਰੋਂ ਉਠਾ ਕੇ ਕੱਲਿਆ ਫਿਰ ਕਾਸ਼ੀ ਵੀ ਆ ਕੇ ਪੁੱਛਣ ਲੱਪਿਆ ਤੇ ਫਿਰ ਵੀ ਡਰਦੀ ਨਹੀਂ ਦੱਸਦੀ ਮਲੈਕਾ ਇੱਥੇ ਦੇ ਸਾਹਮਣੇ ਬੈਠੀ ਆ ਉਹ ਤੋਂ ਡਰਦੀ ਐ ਦੱਸਣ ਨਹੀਂ ਡਈ ਕਾਸ਼ੀ ਨੇ ਕਿਹਾ ਬਖਤਾਵਰ ਤੈਨੂੰ ਅੰਮੀ ਕਿੰਨੀ ਦੇਰ ਦੀ ਪੁੱਛਣ ਡਈ ਆ ਤੇ ਜੇ ਤੂੰ ਦੱਸਿਆ ਨਾ ਤੇ ਤੈਨੂੰ ਮੈਂ ਮਾਰਨ ਲੱਗ ਪੈਣਾ ਦੱਸ ਚਾਚੂ ਨੇ ਕਿਉਂ ਮਾਰਿਆ ਜਦੋਂ ਉਹਦੇ ਘਰ 'ਚ ਕੋਈ ਲੜਾਈ ਨਹੀਂ ਹੋਈ ਝਗੜਾ ਨਹੀਂ ਹੋਇਆ ਤੈਨੂੰ ਮਾਰ ਕੇ ਕਿਉਂ ਗਿਆ ਆ ਕਰੋ ਇਹਨੇ ਸਾਨੂੰ ਛੱਤ ਤੇ ਜਾ ਕੇ ਦੱਸਿਆ ਕਿ ਚਾਚੂ 8 ਮਹੀਨਿਆਂ ਤੋਂ ਮਲੈਕਾ ਦੇ ਨਾਲ ਰਲ ਕੇ ਆਹ ਕੁਛ ਕਰਨ ਡਿਆ ਮੇਰੇ ਨਾਲ ਤੇ ਮੈਨੂੰ ਉਹ ਤੋਂ ਕਹਿੰਦਾ ਕਿ ਜੇ ਆਪਣੀ ਮਾਂ ਨੂੰ ਦੱਸਿਆ ਤੇ ਮੈਂ ਤੇਰੀ ਮਾਂ ਤੇ ਕਾਸ਼ੀ ਮਰਵਾ ਦੇਣ ਤੇ ਅੰਮੀ ਜੀ ਜਿਹੜੀਆਂ ਤੁਹਾਨੂੰ ਇਹ ਗੋਲੀਆਂ ਟੈਨਸ਼ਨ ਫਰੀ ਦੀਆਂ ਦਿੰਦੇ ਆ ਉਹ ਟੈਨਸ਼ਨ ਫਰੀ ਦੀਆਂ ਗੋਲੀਆਂ ਨਹੀਂ ਉਹ ਨਸ਼ੇ ਦੀਆਂ ਗੋਲੀਆਂ ਤੁਹਾਨੂੰ ਤਾਂ ਸੌਣ ਨੂੰ ਦਿੰਦੇ ਇਹ ਗੋਲੀਆਂ ਜਦ ਬੱਚੀ ਕਿਸੇ ਨਾਲ ਜ਼ਿਆਤੀ ਕਰਤਾ ਤਾਬ ਆਪਕੇ ਦੂਸਰੇ ਬੱਚੇ ਕਹਾਂ ਪੇ ਹੁੰਦੇ ਏਕੀ ਬੇਟਾ ਮੇਰੇ ਕੋਲ ਸੀ ਉਹ ਛੋਟਾ ਜਿਹੜਾ ਉਹ ਮੇਰੇ ਨਾਲ ਸੁੱਤਾ ਹੁੰਦਾ ਸੀ ਵੱਡਾ ਬੇਟਾ ਤੇ ਮੇਰਾ ਉਧਰਲੇ ਘਰ ਕੱਲ ਦਿੰਦਾ ਸੀ ਇਹ ਰਾਤ ਨੂੰ ਤੇ ਮੇਰੇ ਕੋਲ ਬਸ ਇੱਕ ਬੇਟਾ ਤੇ ਆ ਬੇਟੀ ਹੁੰਦੇ ਸੀ ਜਿਸ ਲੜਕੀ ਸੇ ਆਪਕਾ ਸ਼ੋਹਰ ਸ਼ਾਦੀ ਕਰਤਾ ਹੈ ਉਹ ਲੜਕੀ ਵੀ ਮਲਵਿਸ ਥੀ ਹਾਂਜੀ ਉਹ ਬਾਹਰ ਦਰਵਾਜ਼ੇ ਦਾ ਪੈਰਾ ਵੀ ਰੱਖਦੀ ਸੀ ਸਾਰਾ ਕੁਛ ਉਹਨੂੰ ਪਤਾ ਸੀ ਵੀ ਆਂਟੀ ਉੱਠਦੇ ਨਹੀਂ ਗਈ ਕਿਤੇ ਉਹ ਬਾਹਰ ਪੈਰਾ ਰੱਖਦੀ ਸੀ ਨਾਲੇ ਤੇ ਇਹਦੇ ਸਰਾਂ ਨੇ ਗੰਨ ਰੱਖ ਲੈਣੀ ਕਿ ਜੇ ਤੂੰ ਬੋਲੀ ਜਾਂ ਹਿੱਲੀ ਤੇ ਅਸੀਂ ਹੁਣੇ ਗੋਲੀ ਮਾਰ ਦਾਂਗੇ ਤੇਰੀ ਮਾਂ ਨੂੰ ਆਪਕੋ ਪਤਾ ਚੱਲਾ ਹੈ ਇਹ ਸਾਰੇ ਮਾਮਲੇ ਕਾ ਉਸ ਟਾਈਮ 'ਤੇ ਆਪੇ ਕੀ ਗੁਜ਼ਰੀ ਹੋਗੀ ਜਦੋਂ ਇਹਨੇ ਸਾਨੂੰ ਛੱਤ ਤੇ ਲਿਜਾ ਕੇ ਦੱਸਿਆ ਉਸ ਟਾਈਮ ਸਾਨੂੰ ਬਹੁਤ ਗੁੱਸਾ ਚੜਿਆ ਨਵਾਜ਼ ਉਧਰ ਸੀ ਮੇਰਾ ਬੇਟਾ ਭੱਜ ਭੱਜ ਕੇ ਜਾਵੇ ਕਵੇ ਅੰਮੀ ਮੇਰੇ ਉਹ ਬੁਖਤਾ ਪਿਆਵਾ ਗੋਸ਼ਤ ਕਰਨ ਵਾਲਾ ਮੈਨੂੰ ਦੇ ਉਹ ਬੁਖਤਾ ਮੈਂ ਜਾ ਕੇ ਚਾਚੂ ਨੂੰ ਉਧਰ ਹੀ ਮਾਰ ਦੇਣਾ ਮੈਂ ਕਿਹਾ ਪੁੱਤ ਨੇ ਘਰ ਆਉਣਾ ਹੀ ਆ ਨਾ ਹੁਣ ਨਹੀਂ ਆਏਗਾ ਸਵੇਰੇ ਆ ਜਾਏਗਾ ਕੋਈ ਗੱਲ ਨਹੀਂ ਆਪਾਂ ਕਰ ਲੈਨੇ ਆ ਪਰ ਉਹ ਉਸੇ ਵੇਲੇ ਹੀ ਆ ਗਿਆ ਜਦੋਂ ਹੈਦਰ ਨੇ ਜਾ ਕੇ ਕਿਹਾ ਨਾ ਕਿ ਤੁਹਾਨੂੰ ਨਿੱਕੀ ਚਾਚੀ ਸਾਦੀ ਆ ਉਸੇ ਵੇਲੇ ਹੀ ਆ ਗਿਆ ਇੱਥੇ ਆ ਕੇ ਬਹਿ ਗਿਆ ਇੱਥੇ ਜਿੱਥੇ ਤੁਸੀਂ ਬੈਠੇ ਆ ਮੈਂ ਉਹ ਸੋਫੇ ਤੇ ਬੈਠੀ ਜਿੱਥੇ ਮੇਰੀ ਬੇਟੀ ਬੈਠੀ ਆ ਇਥੇ ਮਲੈਕਾ ਬੈਠੀ ਆ ਮਲੈਕਾ ਨਾ ਉਹਦੇ ਨਾਲ ਆਉਂਦੇ ਨਾਲ ਲੜਨ ਲੱਗ ਪਈ ਐ ਕਿ ਮੈਨੂੰ ਕਿਦੇ ਆਸਰੇ ਤੇ ਛੱਡ ਕੇ ਗਿਆ ਸੀ ਇਹਨਾਂ ਨੇ ਮੈਨੂੰ ਮਗਰੋਂ ਗਾਲਾਂ ਕੱਢੀਆਂ ਇੰਜ ਕੀਤਾ ਅਗਲੀ ਗੱਲ ਨਾ ਦੱਸੀ ਕਿ ਇਹਨਾਂ ਨੂੰ ਪਤਾ ਲੱਗ ਗਿਆ ਬਖਤਾਵਰ ਦਾ ਤੇ ਤੁਹਾਡਾ ਤੇ ਨਵਾਜ਼ ਨੂੰ ਨਵਾਜ਼ ਕਾਸ਼ੀ ਨੂੰ ਕਹਿੰਦਾ ਇਹ ਸੱਚੀ ਗੱਲ ਆ ਕਿ ਤੂੰ ਮਲੈਕਾ ਦੇ ਨਾਲ ਬਤਮੀਜ਼ੀ ਕੀਤੀ ਆ ਉਹਨੇ ਕਿਹਾ ਹਾਂ ਸੱਚੀ ਗੱਲ ਆ ਤੇ ਹੁਣ ਤੁਸੀਂ ਵੀ ਤਿਆਰ ਹੋ ਜਾਓ ਜ਼ਰਾ ਤੇ ਉੱਠ ਕੇ ਗੰਨ ਲੈ ਕੇ ਅੰਦਰੋਂ ਗੰਨ ਲੈਣ ਚੱਲਾ ਭੱਜ ਕੇ ਨਵਾਜ਼ ਸਾਨੂੰ ਮਾਰਨ ਵਾਸਤੇ ਮੈਂ ਇੱਥੇ ਭੱਜ ਕੇ ਆ ਕੇ ਧੱਕਾ ਦੇ ਕੇ ਇੱਥੇ ਨਵਾਜ਼ ਨੂੰ ਸੁੱਟ ਕੇ ਉੱਤੋਂ ਇਹ ਤੋਂ ਗਰੇਵਾਨ ਤੋਂ ਫੜ ਕੇ ਨੱਪ ਕੇ ਥੱਲੇ ਬਾਹ ਲਿਆ ਮੈਂ ਕਿਹਾ ਬਸ ਨਵਾਜ਼ ਹੁਣ ਹੀ ਲੀਣਾ ਅੱਜ ਤੇਰੀ ਮੌਤ ਆ ਜਾਂ ਸਾਡੀ ਮੌਤ ਆ ਤੇਰੇ ਹੱਥੋਂ ਤੂੰ ਜੋ ਕੁਛ ਕੀਤਾ ਬਹੁਤ ਕੁਛ ਕੀਤਾ ਮੈਨੂੰ ਕਹਿੰਦਾ ਕਿ ਮੈਂ ਕੀ ਕੀਤਾ ਮੈਨੂੰ ਦੱਸੋ ਤੇ ਸਹੀ ਮੈਂ ਕਿਹਾ ਬਖਤਾਵਰ ਨਾ 8 ਮਹੀਨੇ ਕੀ ਕਰਦਾ ਰਿਆ ਜਦੋਂ ਮੈਂ ਇਨੀ ਗੱਲ ਕਹੀ ਤੇ ਨਵਾਜ਼ ਦੇ ਬੁੱਲ ਸੁੱਕ ਗਏ ਉਹਦੇ ਉਹਦੇ ਸਾਹ ਉਤਲੇ ਦੇ ਉੱਤੇ ਥੱਲੇ ਦੇ ਥੱਲੇ ਪੀਨਾਂ ਨੂੰ ਅੱਜ ਪਤਾ ਲੱਗ ਗਿਆ ਫਿਰ ਅਸੀਂ ਨਾਲ ਹੀ 15 ਤੇ ਕਾਲ ਕੀਤੀ ਉਸੇ ਵੇਲੇ ਹੀ ਰਾਤ ਅਸੀਂ 1:30 ਵਜੇ ਉਹ ਪੁਲਿਸ ਵਾਲੇ ਆਏ ਆ 2 ਵਜੇ ਨੂੰ ਲੈ ਕੇ ਘਰੋਂ ਗਏ ਆ ਘਰੋਂ ਅਸੀਂ ਉਹਨਾਂ ਨੂੰ ਕਲਾਸ਼ਨ ਕੋਪ ਪੰਪ ਐਕਸ਼ਨ ਗੋਲੀਆਂ ਦਾ ਝੋਲਾ 4-5 ਮੈਗਜ਼ੀਨਾਂ 12,59,000 ਰੁਪਈਆ ਸਾਰਾ ਕੁਝ ਪੁਲਿਸ ਨੂੰ ਫੜਾਇਆ ਕਰੋ ਉਹ ਬੰਦੇ ਨੂੰ ਲੈ ਕੇ ਗਏ ਆ ਘੰਟੇ ਬਾਅਦ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਬੀਬੀ ਇੱਥੇ ਆ ਥਾਣੇ ਤੇਰੀ ਬੱਚੀ ਦਾ ਅਸੀਂ ਮੈਡੀਕਲ ਕਰਵਾਉਣਾ ਤੇ ਪਰਚਾ ਦੇਣਾ ਆ ਕੇ ਸੈਂ ਅੰਗੂਠੇ ਕਰ ਜਾ ਤੇ ਪੜ੍ਹੀ ਲਿਖੀ ਪੁੱਤ ਮੈਂ ਹੈ ਨਹੀਂ ਅਨਪੜਾ ਮੈਂ ਮੈਨੂੰ ਉਹਨਾਂ ਨੇ ਉੱਥੇ ਜਾਂਦਿਆਂ ਨੂੰ ਉਹਦਾ ਨਵਾਜ਼ ਦਾ ਵਕੀਲ ਵੀ ਬੈਠਾ ਮੀਆਂ ਕਾਲਦ ਤੇ ਨਵਾਜ਼ ਦਾ ਵੱਡਾ ਭਾਈ ਵੀ ਬੈਠਾ ਮੁਹੰਮਦ ਅਕਬਾਲ ਉਹਨਾਂ ਨੇ ਮੈਨੂੰ ਚਿੱਟੇ ਕਾਗਜ਼ ਤੇ ਕਿਹਾ ਇੱਕ ਬੀਬੀ ਇਥੇ ਘੂਠੇ ਲਾ ਦੇ ਤੁਹਾਡਾ ਮੈਡੀਕਲ ਕਰਵਾਉਣਾ ਉਹਨਾਂ ਨੇ ਮੇਰੇ ਕੋਲ ਘੂਠਾ ਲਵਾ ਲਿਆ ਤੇ ਮੈਨੂੰ ਕਹਿੰਦੇ ਬੀਬੀ ਘਰ ਜਾ ਘੰਟੇ ਕੇ ਬਾਅਦ ਤੁਹਾਨੂੰ ਨਾ ਪਰਚੇ ਦੀ ਕਾਪੀ ਆਜੂਗੀ ਮੈਂ ਘਰ ਆ ਗਈ ਉਹਨਾਂ ਨੇ 8 ਵਜੇ ਨਵਾਜ਼ ਨੂੰ ਛੱਡ ਕੇ ਘਰ ਕਲਾਤਾ ਤੇ ਉਹ ਫੇਰ ਘਰ ਆਇਆ ਆ ਕੇ ਸਾਨੂੰ ਕਹਿੰਦਾ ਵੀ ਅੱਗੇ ਤਾਂ ਮੈਂ ਪਿੰਜਰੇ 'ਚ ਬੰਦ ਸੀ ਹੁਣ ਮੈਂ ਆਜ਼ਾਦ ਹੋ ਗਿਆ ਹੁਣ ਤੁਹਾਨੂੰ ਮੈਂ ਇੰਜ ਕੁੱਤਰਾਂਗਾ ਜਿਵੇਂ ਕੁੱਤਰਾਂ ਦਾ ਹੱਕ ਆ ਤੇ ਐਫ ਆਈ ਆਰ ਵੀ ਪੁਲਿਸ ਨੇ ਸਾਡੀ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਹਿੰਦੇ ਬੀਬੀ ਝੂਠ ਬੋਲਦੀ ਉਹਨੇ ਉਹਨਾਂ ਨੂੰ ਕਿਹਾ ਕਿ ਮੇਰੀ ਜਾਇਦਾਦ ਦੀ ਖਾਤਰ ਜਾਇਦਾਦ ਇਹਦੀ ਪੁੱਤ ਕਿਹੜੀ ਇੱਕ ਘਰ ਜਿਹਦੇ ਵਿੱਚੋਂ ਤੇ ਮੇਰਾ ਪਹਿਲੇ ਬੇਟਾ ਉਹਦੇ ਵਿੱਚੋਂ ਹੈਗਾ ਹੱਕਦਾਰ ਹਰ ਸ਼ਾਇਦ ਆ ਪੁਲਿਸ ਕਾ ਕਹਿਣਾ ਥਾ ਹਾਂਜੀ ਪੁਲਿਸ ਨੇ ਮੈਨੂੰ ਮੈਨੂੰ ਪੁਲਿਸ ਹਾਲੇ ਤੱਕ ਕਹਿੰਦੀ ਆ ਕਿ ਬੀਬੀ ਜ਼ਿਆਦਾਦੀ ਖਾਤਰ ਮੈਂ ਆਪਣੀ ਧੀ ਰੋਲ ਦੇਣੀ ਸੀ ਜ਼ਿਆਦਾਦੀ ਖਾਤਰ ਮੈਂ ਨਾਮ ਐਸ ਐਚਓ ਕਾ ਸਮਰ ਡੋਗਰ ਸਮਰ ਸਾਹਿਬ ਜਰਾ ਤਵਜੋ ਫਰਮਾਈਏਗਾ ਸਮਰ ਡੋਗਰ ਤੇ ਕਹਲੇ ਵੀ ਜਿਸਨਾਂ ਨੂੰ ਮਾਰਨ ਦੀਆਂ ਧਮਕੀਆਂ ਲਾਉਂਦਾ ਕਦੀ ਕਹਿੰਦਾ ਕਚਹਿਰੀ ਆਏਗੀ ਤੇ ਆਪਣਾ ਸਾਮਾ ਕਰਕੇ ਆਈ ਆਪਣੇ ਉਹ ਸ਼ੇਵਾਜ਼ ਨਹੀਂ ਕਦੀ ਉਤਲਿਆ ਨੂੰ ਫੋਨ ਕਰ ਕਰਕੇ ਕਹਿੰਦਾ ਕਿ ਮੈਂ ਬਲਕੀਸ ਤੇ ਕਾਸ਼ੀ ਮਰਵਾਉਣੇ ਆ

और तुम एक मुसलमान कहलाते हो खुद को समर साहब थोड़ी सी आपको शर्म आनी चाहिए थी अगर थोड़ी सी आप में शर्म होती या आपके घर में बहन बेटी होती तो आज ये सफाक शख्स बाहर ना निकलता इसकी जमानत ना होती समर साहब बहुत माजरत के साथ आप जैसे घटिया लोगों को ऐसे अदारों में नहीं होना चाहिए यह बहुत मुकदस अदारे हैं हमारे लेकिन आप जैसे लोगों ने इन अदारों को गंदा किया हमारा मुआशरा आप लोगों की वजह से गंदा हो रहा है आपके पास कोई मुलजमा आती है तो आप उसके साथ भी इस तरह की हरकत करते हैं इतने गंदे जहनीत के लोग आप लोगों ने हायर किए हुए या इस अदारे में मैं तो अफसोस करता हूं अपने अदारों पर कि हमारा मुल्क किस तरफ चल पड़ा है और यार किस नाम के मुसलमान हो तुम

ਤੇ ਬੂਆ ਮੈਂ ਜਦੋਂ ਉਧਰ ਲਾਹੌਰ ਗਈ ਮੈਨੂੰ ਇਹਨਾਂ ਨੇ ਮਗਰੋਂ 12:43 ਵਜੇ ਫੋਨ ਉਤਲਿਆਨੇ ਕੀਤਾ ਹੈ ਹਾਦਰ ਅਲੀ ਨੇ ਉਹਨੇ ਕਿਹਾ ਆਂਟੀ ਤੁਹਾਡੇ ਮਗਰੋਂ ਚਾਚੂ ਘਰ ਆਇਆ ਪਹਿਲੋਂ ਨੇ ਬੱਚਿਆਂ ਨੂੰ ਕੱਲਿਆ ਕੇ ਜਾ ਕੇ ਦਰਵਾਜ਼ਾ ਖੜਕਾਓ ਅਸੀਂ ਬੱਚਿਆਂ ਦੇ ਚਾਂਸੇ ਚ ਬੂਆ ਖੋਲ ਦਿੱਤਾ ਤੇ ਪਾ ਚਾਚੂ ਪਤਾ ਨਹੀਂ ਕਿੱਥੋਂ ਨਿਕਲਿਆ ਨੁੱਕਰ ਚੋਂ ਪਤਾ ਨਹੀਂ ਕਿੱਥੋਂ ਨਹੀਂ ਨਿਕਲਿਆ ਉਹਨੇ ਭੱਜ ਕੇ ਆ ਕੇ ਬੂਏ ਨੂੰ ਜ਼ਬਰਦਸਤੀ ਅੰਦਰ ਵੜ ਗਿਆ ਤਵਾਦ ਵੜ ਕੇ ਤੇ ਉਹ ਪੁੱਤ ਸਿਰਫ ਅਸੀਂ ਨਹੀਂ ਉਹਨੂੰ ਅਗੋ ਟੱਕਰੇ ਨਹੀਂ ਤੇ ਉਹ ਸਾਨੂੰ ਮਾਰਨ ਆਇਆ ਸੀ ਅਸੀਂ ਨਹੀਂ ਮਿਲੇ ਤੇ ਉਹ ਸਾਡਾ ਕੈਮਰੇ ਜਿਹੜੇ ਰਿਕਾਰਡ ਕਰਨ ਵਾਲਾ ਸਾਰਾ ਕੁਝ ਲਾ ਕੇ ਲੈ ਗਿਆ ਘਰੋਂ ਆ ਕੇ ਨਾਲੇ ਸਾਡੇ ਆਟੇ ਦਾਣੇ ਨੂੰ ਤਾਲੇ ਲਾ ਗਿਆ ਵੀ ਆਟਾ ਨਾ ਕਟੂ ਦਾਣੇ ਕੱਢ ਕੇ ਪਿਆ ਕੇ ਖਾ ਸਕਣ ਇਹ ਸੀਸੀਟੀਵੀ ਕੈਮਰਾ ਕੀ ਸਾਰੀ ਜੋ ਸਿਸਟਮ ਹੁੰਦਾ ਹੈ ਉਹ ਸਾਰਾ ਬਲੌਕ ਕਰਕੇ ਚਲਾ ਗਿਆ ਔਰ ਯਹਾਂ ਸੇ ਉਹ ਡੀਵੀਡੀ ਵਗੈਰਾ ਵੀ ਉਠਾ ਕੇ ਲੈ ਗਿਆ ਤੇ ਉਹ ਜਿਹੜਾ ਨਹੀਂ ਹੁੰਦਾ ਜਿਹੜਾ ਨਾਲ ਜਿਹਦੇ ਵਿੱਚ ਰਿਕਾਰਡਿੰਗ ਰਹਿੰਦੀ ਆ ਉਹ ਲੈ ਗਿਆ ਲਾ ਕੇ ਪਤਾ ਨਹੀਂ ਉਹਨੂੰ ਕੀ ਕਹਿੰਦੇ ਆ ਬਕਾਇਆ ਤੇ ਆ ਸਾਰੇ ਕੈਮਰੇ ਬਾਹਰ ਲੱਗੇ ਆ ਹਰ ਸ਼ੈ ਉਹ ਤਾਰਾਂ ਵੀ ਲੱਗੀਆਂ ਸਾਰਾ ਕੁਝ ਇੱਥੇ ਹੀ ਆ ਐਲ ਸੀ ਡੀ ਵੀ ਇੱਥੇ ਹੀ ਆ ਬਸ ਉਹ ਹੀ ਲਾ ਕੇ ਲਿਆ ਜੇ ਰਿਕਾਰਡਿੰਗ ਹੁੰਦੀ ਆ ਅੱਜ ਉਸ ਦੀ ਅਦਾਲਤ ਵਿੱਚ ਪੇਸ਼ੀ ਥੀ ਹਾਂਜੀ ਉਹਦੀ ਪੇਸ਼ੀ ਸੀ ਉਹ ਅੱਜ ਨਾ ਪੇਸ਼ ਹੋਇਆ ਆਪ ਨਾ ਉਹਦਾ ਵਕੀਲ ਪੇਸ਼ ਹੋਇਆ ਸਿਰਫ ਮੁੰਚੀ ਕੱ ਲਿਆ ਸੀ ਉਹਨਾਂ ਨੇ ਅਸੀਂ ਗਏ ਆ ਤੇ ਉਹ ਨਹੀਂ ਆਏ ਤੇ ਹਮਾਰੇ ਅਦਾਰੋਂ ਮੇ ਹਮਾਰੇ ਅਦਾਰੋਂ ਮੇ ਇਸ ਤਰ੍ਹਾਂ ਕੇ ਲੋਗ ਹੋਣਗੇ ਤਾਂ ਕ੍ਰਾਈਮ ਵੜੇਗਾ ना मेरी माँ महफूज है ना मेरी बहन महफूज है ना बेटी महफूज है ना घर की बहू महफूज है कोई भी महफूज नहीं रहेगा मैं समर साहब आपको मुखातिब करके कह रहा हूं इस वजह से कह रहा हूं कि मुलजिम कैसे हवालात से बाहर चला गया जमानत कैसे हो गई उस शख्स की और वो वकील जो मुलजिम का वकील था उसको बिल्कुल शर्म नहीं आई उसका वकील बनते हुए और इस तरह के शख्स को तो सरेआम लटका के जुतियां मारनी चाहिए आपने इस तरह के शख्स से पैसे पकड़ के और उसकी वकालत शुरू कर दी क्या जवाब देंगे अल्लाह के हजूर पेश हो के कि एक बेटी की एक बहन की इज्जत लूटी गई और आप वहां कह कहके लगाते रहे पैसे पकड़ के रिश्वत पकड़ के आप समझते हैं कि आप लोग जन्नत में जाओगे या ओए आप लोगों की वजह से मेरी बहनें महफूज नहीं हैं आप लोगों ने हमारी जिंदगी तबाह की हुई हैं तो रात जो सा मैं थाने गई ਮੈਂ ਇਹਨਾਂ ਨੂੰ ਉਸੇ ਵੇਲੇ ਫੋਨ ਕੀਤਾ ਕਿ ਨਵਾਜ਼ ਸਾਡੇ ਘਰ ਮਾਰਨ ਦੇ ਇਰਾਦੇ ਤੇ ਆਇਆ ਸੀ ਨਹੀਂ ਮਿਲੇ ਤੇ ਸਾਡੇ ਕੈਮਰੇ ਬੰਦ-ਬੰਦ ਕਰਕੇ ਸਾਰਾ ਕੁਝ ਚੋਕੇ ਲੈ ਗਿਆ ਕੈਮਰਿਆਂ ਦਾ ਉਹਨਾਂ ਨੇ ਕਿਹਾ ਥਾਣੇ ਆ ਬੀਬੀ ਅਸੀਂ ਹੁਣੇ ਹੀ ਪਰਚਾ ਦੇ ਦਿੰਨੇ ਆ ਮੈਂ ਥਾਣੇ ਗਈ ਉਹਨਾਂ ਨੇ ਮਾੜੀ ਜੀ ਦਰਖਾਸਤ ਲਿਖ ਦਿੱਤੀ ਆ जे मैं क्या भाजपा तस्दीक कर लेंदो फिर अगर, अगर को नुकसान पहुंचा तो थाने का एस एच ओ जिम्मेदार होगा मैं आज बता रहा हूं मैं आज इंटरव्यू करके जा रहा हूं अगर मुलजिम को सजा ना हुई तो थाने का एस एच ओ ये याद रखे कि ये उस पर जाएगा धब्बा और उस पर धब्बा लगेगा कि उसी शख्स की वजह से इस फैमिली को नुकसान पहुंचा है अगर वो शख्स वो दरिंदा वो सफाक शख्स अगर आजाद फिरता रहा दिन-दनाता फिरता रहा तो और बहुत सी लड़कियां महफूज नहीं रहेंगी मैं अपनी कॉम से अपील करता हूं ब्राय मेहरबानी इस तरह के लोगों से खुद निजात हासिल करें कानून आपके اختیار में नहीं है कानून आपका साथ नहीं देगा कानून रिश्वतखोर बन चुका है ब्राई मेहरबानी अपने घरों को बेहतर करें अपने घरों को खुद महफूज करें इस तरह के लोगों को अपने घरों में दाखिल ना होने दें ना उनको इज्जत दें प्लीज खुद जुतियां इनको। इनको क्या गलत किया बराए मेहरबानी और फिर कानून ना कहे कि कानून को हाथों में लिया गया क्योंकि कानून अगर हमारे लिए बनाए हमारे काम नहीं आ रहा कोई फायदा नहीं है कानून का हम नहीं चाहते कि हमारे टैक्सों पर और ये फजूल लोग पले براہ مہربانی میں اپنی قوم سے اپیل کرتا ہوں رمضان المبارک کا مہینہ ہے اپنی بہنوں بیٹیوں کے لیے دعا کیا کریں اس کے ساتھ نیت حاضری دیجیے رحم کریں اس کو پہ اللہ نے بھیجا